ਹੁਣ ਆਦੀ ਵੀਡੀਓ ਵਿੱਚ ਆਪਾਂ ਸੋਲਵ ਕਰਨ ਜਾ ਰਹੇ ਹਾਂ ਐਕਸਰਸਾਈਜ਼ 1.2 ਦਾ ਕੁਐਸਚਨ ਨੰਬਰ 2 ਤੇ ਕੁਐਸਚਨ ਦੀ ਸਟੇਟਮੈਂਟ ਇਸ ਤਰ੍ਹਾਂ ਹੈ ਜੀ ਇਨ ਐਨ ਇਲੈਕਸ਼ਨ ਦਾ ਸਕਸੈਸਫੁਲ ਕੈਂਡੀਡੇਟ ਰਜਿਸਟਰਡ 6317 ਵੋਟਸ ਵੇਅਰ ਐਜ਼ ਹਿਸ ਨੀਅਰਸਟ ਰਾਈਵਲ ਕੁਡ ਓਟੇਨ ਓਨਲੀ 3761 ਵੋਟਸ ਬਾਏ ਵਟ ਮਾਰਜਿਨ ਡਿਡ ਦਾ ਸਕਸੈਸਫੁਲ ਕੈਂਡੀਡੇਟ ਡੀਫੀਟ ਹਿਸ ਰਾਈਵਲ ਤੇ ਇਸ ਦੇ ਵਿੱਚ ਜਦੋਂ ਦੋ ਕੈਂਡੀਡੇਟ ਸਨ ਜਿਨ੍ਹਾਂ ਨੂੰ ਉਹਨਾਂ ਨੂੰ ਵੋਟਾਂ ਮਿਲੀਆਂ ਆਪਾਂ ਨੂੰ ਦਿੱਤੀਆਂ ਹੋਈਆਂ ਹਨ ਤੇ ਆਪਾਂ ਦੱਸਣਾ ਹੈ ਕਿ ਜੋ ਸਕਸੈਸਫੁਲ ਕੈਂਡੀਡੇਟ ਹੈ ਉਸ ਨੂੰ ਕਿੰਨੀਆਂ ਜ਼ਿਆਦਾ ਬੋਟਸ ਮਿਲੀਆਂ ਹਨ ਤੇ ਇਹ ਆਪਾਂ ਕਿਸ ਤਰ੍ਹਾਂ ਪਤਾ ਕਰਨਾ ਹੈ ਜਿਸ ਜੋ ਸਕਸੈਸਫੁਲ ਕੈਂਡੀਡੇਟ ਦੀਆਂ ਬੋਟਸ ਹਨ ਉਹਨਾਂ ਦੇ ਵਿੱਚੋਂ ਆਪਾਂ ਜੋ ਦੂਸਰਾ ਉਸ ਦਾ ਰਾਈਵਲ ਹੈ ਉਸ ਦੀਆਂ ਬੋਟਸ ਨੂੰ ਕੀ ਕਰ ਦੇਣਾ ਹੈ ਮਾਈਨਸ ਕਰ ਦੇਣਾ ਹੈ ਘਟਾ ਦੇਣਾ ਹੈ ਤੇ ਮਾਈਨਸ ਕਰਕੇ ਜੋ ਵੀ ਆਪਣੇ ਕੋ ਆ ਜਾਏਗਾ ਉਹ ਆਏਗਾ ਉਹਨਾਂ ਦੁਆ ਦਾ ਮਾਰਜਨ ਤੇ ਆ ਹੁਣ ਆਪਾਂ ਸਟੇਟਮੈਂਟ ਨੂੰ ਪਹਿਲਾਂ ਪੰਜਾਬੀ ਵਿੱਚ ਰੀਡ ਕਰਦੇ ਹਾਂ ਤੇ ਫਿਰ ਇਸ ਕੁਐਸਚਨ ਨੂੰ ਆਪਾਂ ਸੋਲਵ ਕਰਾਂਗੇ ਸੋ ਪੰਜਾਬੀ ਵਿੱਚ ਸਟੇਟਮੈਂਟ ਇਸ ਤਰ੍ਹਾਂ ਹੈ ਜੀ ਚੋਣਾਂ ਵਿੱਚ ਸਫਲ ਉਮੀਦਵਾਰ ਨੂੰ 6317 ਵੋਟਾਂ ਮਿਲੀਆਂ ਜਦੋਂ ਕਿ ਨੇੜਲੇ ਵਿਰੋਧੀ ਉਮੀਦਵਾਰ ਨੂੰ 3761 ਵੋਟਾਂ ਮਿਲੀਆਂ ਸਫਲ ਉਮੀਦਵਾਰ ਨੇ ਆਪਣੇ ਵਿਰੋਧੀ ਨੂੰ ਕਿੰਨੇ ਫਰਕ ਨਾਲ ਹਰਾਇਆ ਤੇ ਇਸ ਤੇ ਆਪਾਂ ਫਰਕ ਫਾਈਂਡ ਆਊਟ ਕਰਨਾ ਹੈ ਫਰਕ ਕਿਸ ਤਰ੍ਹਾਂ ਪਤਾ ਕਰੀਦਾ ਹੁੰਦਾ ਹੈ ਮਾਈਨਸ ਕਰਕੇ ਇਟ ਮੀਨ ਜੋ ਸਫਲ ਉਮੀਦਵਾਰ ਦੀਆਂ ਵੋਟਾਂ ਹਨ ਉਸ ਦੇ ਵਿੱਚੋਂ ਆਪਾਂ ਜੋ ਵਿਰੋਧੀ ਉਮੀਦਵਾਰ ਦੀਆਂ ਵੋਟਾਂ ਨੂੰ ਕੀ ਕਰ ਦੇਣਾ ਹੈ ਮਾਈਨਸ ਕਰ ਦੇਣਾ ਹੈ ਘਟਾ ਦੇਣਾ ਹੈ ਤੇ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਜੋ ਸਫਲ ਉਮੀਦਵਾਰ ਹੈ ਉਸਨੇ ਆਪਣੇ ਵਿਰੋਧੀ ਨੂੰ ਕਿੰਨੇ ਫਰਕ ਨਾਲ ਕਿੰਨੀਆਂ ਵੋਟਾਂ ਦੇ ਫਰਕ ਨਾਲ ਹਰਾਇਆ ਹੈ ਤੇ ਇਸ ਸਮੇਂ ਵੀਡੀਓ ਦੇ ਲਾਸਟ ਵਿੱਚ ਤੁਹਾਡੇ ਲਈ ਕੁਝ ਹੋਮਵਰਕ ਹੈ ਤੇ ਉਸ ਹੋਮਵਰਕ ਦਾ ਤੁਸੀਂ ਆਨਸਰ ਕਮੈਂਟ ਵਿੱਚ ਜੂਰ ਲਿਖਣਾ ਤੇ ਆ ਹੁਣ ਆਪਾਂ ਕੁਐਸਚਨ ਨੂੰ ਸਟਾਰਟ ਕਰਦੇ ਹਾਂ ਜੀ ਸਟਾਰਟ ਕੁਐਸਚਨ ਸਟਾਰਟ ਕਰਦੇ ਹਾਂ ਜੀ ਤੇ ਸਭ ਤੋਂ ਪਹਿਲਾਂ ਜੋ ਆਪਾਂ ਲਾਈਨਸ ਇਸ ਦੇ ਵਿੱਚ ਕੁਐਸਚਨ ਦੇ ਵਿੱਚ ਲਿਖਣੀਆਂ ਨੇ ਉਹ ਆਪਾਂ ਪਹਿਲਾਂ ਹੀ ਲਿਖ ਲਈਆਂ ਹਨ ਤੇ ਹੁਣ ਆਪਾਂ ਸਿਰਫ ਜੋ ਆਪਣੇ ਕੋ ਵੋਟਸ ਦਿੱਤੀਆਂ ਹਨ ਆਪਾਂ ਵੋਟਾਂ ਫਿਲ ਕਰਦੀਆਂ ਹਨ ਤੁਸੀਂ ਦਾ ਆਨਸਰ ਫਾਈਂਡ ਆਊਟ ਕਰਨਾ ਹੈ ਤੇ ਸਭ ਤੋਂ ਪਹਿਲਾਂ ਦੇਖੋ ਸਫਰ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਮਿਲੀਆਂ ਸੀ ਉਹ ਆਪਣੇ ਕੋ ਸੰ 6317 6317 ਵੋਟਾਂ ਸਨ ਆਪਣੇ ਕੋ ਜੋ ਸਫਲ ਉਮੀਦਵਾਰ ਨੂੰ ਮਿਲੀਆਂ ਸੀ ਤੇ ਉਸ ਦਾ ਜੋ ਵਿਰੋਧੀ ਉਮੀਦਵਾਰ ਹੈ ਉਸ ਨੂੰ ਕਿੰਨੀਆਂ ਵੋਟਾਂ ਮਿਲੀਆਂ ਸੀ ਆਪਣੇ ਕੋ 3761 3761 ਤੇ ਹੁਣ ਆਪਾਂ ਕੱਢਣਾ ਹੈ ਕਿ ਜੋ ਸਫਲ ਉਮੀਦਵਾਰ ਹੈ ਉਹ ਵਿਰੋਧੀ ਉਮੀਦਵਾਰ ਤੋਂ ਕਿੰਨੀਆਂ ਵੋਟਾਂ ਦੇ ਫਰਕ ਨਾਲ ਜਿੱਤਿਆ ਤੇ ਵੋਟਾਂ ਦਾ ਫਰਕ ਆਪਾਂ ਕਿਸਤਾ ਕੱਢਣਾ ਹੈ ਇਹਨਾਂ ਨੂੰ ਆਪਾਂ ਕੀ ਕਰ ਦੇਣਾ ਹੈ ਮਾਈਨਸ ਕਰ ਦੇਣਾ ਹੈ ਤੇ ਮਾਈਨਸ ਕਰਕੇ ਦੇਖੋ ਆਪਣੇ ਕੋ ਕੀ ਆਨਸਰ ਆਏਗਾ 7 ਦੇ ਵਿੱਚੋਂ ਆਪਾਂ 1 ਨੂੰ ਮਾਈਨਸ ਕਰਾਂਗੇ ਤੇ ਆਪਣੇ ਕੋਲ 6 ਆ ਜਾਏਗਾ ਹੁਣ 11 1 ਦੇ ਵਿੱਚੋਂ 6 ਮਾਈਨਸ ਨਹੀਂ ਹੁੰਦੇ ਹੈ ਤੇ ਇਟ ਮੀਨ ਆਪਾਂ ਨੂੰ ਇਧਰੋਂ ਕੀ ਲੈਣਾ ਪਏਗਾ ਹਾਸਲ ਲੈਣਾ ਪਏਗਾ ਬੋਰੋ ਕਰਨਾ ਪਏਗਾ ਤੇ ਇੱਥੇ ਆਪਣੇ ਕੋਲ ਆਏਗਾ 2 ਤੇ ਇੱਥੇ 1 ਦੀ ਜਗ੍ਹਾ ਬਣ ਜਾਏਗਾ 11 ਹੁਣ 11 ਦੇ ਵਿੱਚੋਂ 6 ਘਟਾਵਾਂਗੇ ਤੇ ਆਪਣੇ ਕੋਲ ਕਿੰਨਾ ਆ ਜਾਏਗਾ 5 ਹੁਣ 2 ਦੇ ਵਿੱਚੋਂ ਫਿਰ 7 ਨਹੀਂ ਮਾਈਨਸ ਹੋ ਸਕਦਾ ਤੇ ਆਪਾਂ ਇਧਰੋਂ ਕੀ ਕਰਨਾ ਹੈ ਹਾਸਲ ਲੈਣਾ ਹੈ ਬੋਰੋ ਕਰ ਲੈਣਾ ਹੈ ਤੇ ਇਹ ਬਣ ਜਾਏਗਾ ਆਪਣੇ ਕੋਲ 12 12 ਦੇ ਵਿੱਚੋਂ 7 ਨੂੰ ਘਟਾਵਾਂਗੇ ਆਪਣੇ ਕੋ ਆ ਜਾਏਗਾ 5 ਹੁਣ 5 ਦੇ ਵਿੱਚੋਂ 3 ਨੂੰ ਘਟਾਵਾਂਗੇ ਤੇ ਆਪਣੇ ਕੋ ਆ ਜਾਏਗਾ 2 ਇਟ ਮੀਨ ਜੋ ਜੋ ਸਫਲ ਉਮੀਦਵਾਰ ਹੈ ਉਸ ਨੂੰ ਕਿੰਨੀਆਂ ਵੋਟਾਂ ਜ਼ਿਆਦਾ ਮਿਲੀਆਂ ਹਨ 2556 ਵੋਟਾਂ ਤੇ ਹੁਣ ਸੇਮ ਆਪਾਂ ਇੰਗਲਿਸ਼ ਵਿੱਚ ਕਰਦੇ ਹਨ ਵੋਟਸ ਟੂ ਸਕਸੈਸਫੁਲ ਕੈਂਡੀਡੇਟ ਜੋ ਸਕਸੈਸਫੁਲ ਕੈਂਡੀਡੇਟ ਹੈ ਉਸ ਨੂੰ ਕਿੰਨੀਆਂ ਵੋਟਾਂ ਮਿਲੀਆਂ ਹਨ 6317 ਤੇ ਜੋ ਵੋਟਸ ਤੋਂ ਨੀਅਰਸਟ ਰਾਈਵਲ ਜੋ ਉਸ ਦਾ ਰਾਈਵਲ ਹੈ ਜੋ ਉਸ ਦੇ ਆਪੋਜੀਟ ਖੜਾ ਹੋਇਆ ਸੀ ਬੰਦਾ ਉਸ ਨੂੰ ਕਿੰਨੀਆਂ ਵੋਟਾਂ ਮਿਲੀਆਂ ਹਨ 3761 ਤੇ ਹੁਣ ਵੋਟਾਂ ਦਾ ਮਾਰਜਨ ਆਪਾਂ ਫਾਈਂਡ ਆਊਟ ਕਰਨਾ ਹੈ ਕਿ ਜੋ ਸਕਸੈਸਫੁਲ ਕੈਂਡੀਡੇਟ ਹੈ ਉਹ ਨੀਅਰਸਟ ਰਾਈਵਲ ਤੋਂ ਕਿੰਨੀਆਂ ਵੋਟਾਂ ਦੇ ਨਾਲ ਜਿੱਤਿਆ ਹੈ ਤਾਂ ਉਹਨਾਂ ਦਾ ਆ ਜਾਏਗਾ ਵੋਟਾਂ ਦਾ ਮਾਰਜਨ ਵੋਟਾਂ ਦਾ ਮਾਰਜਨ ਕਿਸ ਤਰ੍ਹਾਂ ਪਤਾ ਕਰਨਾ ਹੈ ਇਸ ਨੂੰ ਆਪਾਂ ਮਾਈਨਸ ਕਰ ਦੇਣਾ ਹੈ 7 ਦੇ ਵਿੱਚੋਂ 1 ਮਾਈਨਸ ਕਰਾਂਗੇ ਆ ਜਾਏਗਾ 6 ਉਨ ਵਨ ਦੇ ਵਿੱਚੋਂ 6 ਨਹੀਂ ਮਾਈਨਸ ਕਰਦੇ ਤੇ ਇਧਰ ਆਪਾਂ ਕਰ ਲੈਣਾ ਹੈ ਬੋਰੋ ਲੈਣਾ ਹੈ ਇੱਕ ਇੱਥੇ 3 ਦੀ ਜਗ੍ਹਾ 2 ਰਹਿ ਜਾਏਗਾ ਤੇ 1 ਦੀ ਜਗ੍ਹਾ ਆ ਜਾਏਗਾ 11 11 ਦੇ ਵਿੱਚੋਂ 6 ਨੂੰ ਮਾਈਨਸ ਕਰਾਂਗੇ 5 ਹੁਣ 2 ਦੇ ਵਿੱਚੋਂ 7 2 ਦੇ ਵਿੱਚੋਂ 7 ਨੂੰ ਨਹੀਂ ਮਾਈਨਸ ਕਰ ਸਕਦੇ ਤਾਂ ਆਪਾਂ ਨੂੰ ਫਿਰ ਤੋਂ ਬੋਰੋ ਲੈਣਾ ਪਏਗਾ ਇੱਥੇ ਆ ਜਾਏਗਾ 5 ਤੇ ਇੱਥੇ ਬਣ ਜਾਏਗਾ 12 12 ਦੇ ਵਿੱਚੋਂ 7 ਗਿਆਗਾ ਤੇ 5 ਆ ਜਾਏਗਾ 5 ਦੇ ਵਿੱਚੋਂ 3 ਨੂੰ 5 ਦੇ ਵਿੱਚੋਂ 3 ਨੂੰ ਮਾਈਨਸ ਕਰਾਂਗੇ 2 ਆ ਜਾਏਗਾ 8 ਮੀਨ ਜੋ ਵੋਟਾਂ ਦਾ ਮਾਰਜਨ ਆ ਗਿਆ ਹੈ ਉਹ ਕਿੰਨਾ ਆ ਗਿਆ ਹੈ 2500 56 ਹੋਪਸ ਨੂੰ ਤੁਹਾਨੂੰ ਇਹ ਕੁਸ਼ਲ ਅਸੀਂ ਦਿੱਤਾ ਸਮਝ ਲੱਗਿਆ ਹੋਵੇਗਾ ਮੈਂ ਕਾਫੀ ਈਜ਼ੀ ਬੀ ਇਹ ਨਾ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਇਸ ਨੂੰ ਲਾਈਕ ਕਰਕੇ ਸ਼ੇਅਰ ਜੂ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਦੇਣਾ ਤੇ ਸਟੂਡੈਂਟ ਹੁਣ ਤੁਹਾਡੇ ਲਈ ਹੋਮਵਰਕ ਹੈ ਉਸ ਹੋਮਵਰਕ ਦਾ ਤੁਸੀਂ ਆਨਸਰ ਕਮੈਂਟ ਵਿੱਚ ਜੂ ਲਿਖਣਾ ਧੰਨਵਾਦ ਸਟੂਡੈਂਟ ਇਹ ਹੁਣ ਤੁਹਾਡੇ ਲਈ ਹੋਮਵਰਕ ਹੈ ਹੋਮਵਰਕ ਦੇ ਵਿੱਚ ਤੁਸੀਂ ਕਰਨਾ ਕਿ ਜੋ ਸਕਸੈਸਫੁਲ ਕੈਂਡੀਡੇਟ ਦੀਆਂ ਬੋਟਸ ਸਨ ਆਪਣੇ ਕੋ 6317 ਉਸ ਦੀ ਜਗ੍ਹਾ ਪਲਿਕਲਣਾ 8775 ਤੇ ਜੋ ਉਸ ਦਾ ਨੀਰੈਸਟ ਰਾਈਵਲ ਸਿਗਾ ਉਸ ਨੂੰ ਜੋ ਵਿਰੋਧੀ ਉਸ ਦਾ ਸਿਗਾ ਉਸ ਨੂੰ ਜੋ ਵੋਟਾਂ ਮਿਲੀਆਂ ਹਨ 3761 ਉਸ ਦੀ ਜਗ੍ਹਾ ਪਰਤਣਾ 2537 ਤੇ ਇਹ ਸੇਮ ਸਟੇਟਮੈਂਟ ਸੇਮ ਹੈ ਸਿਰਫ ਆਪਾਂ ਨੰਬਰ ਚੇਂਜ ਕੀਤੇ ਹਨ ਵੋਟਸ ਦੇ ਤੇ ਇਸ ਦਾ ਜੋ ਆਂਸਰ ਤੁਸੀਂ ਕਮੈਂਟ ਵਿੱਚ ਜੂ ਲਿਖਣਾ